ਦਿੰਦੇ ਆ ਬਾਪੂ ਜੀ ਨੂੰ ਕੰਮ, ਦੋਵੇਂ ਬਜ਼ੁਰਗ ਆ ਖੜੇ ਵਿਚਾਰੇ ਦਿੰਦੇ ਆ ਕੰਮ ਬਜ਼ੁਰਗ ਆ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਪਿਆਰੇ ਹੋ, ਛੱਡੋਗੇ ਤੁਸੀਂ ਕੰਮ ਤੱਕ ਛੱਡ ਦੋਗੇ ਮਾਇਆ? ਕਿੰਨੇ ਪੈਸੇ ਕਮਾਏ ਸਵੇਰ ਦੇ? ਵੈਸੇ ਕਿੰਨੇ ਪੈਸੇ ਕਮਾ ਲਏ ਸਵੇਰ ਦੇ? ਬਸ ਇੰਨਾ ਕੀ ਬਣਦਾ ਤੇ ਇੰਨੇ ਦਾ ਹੋ ਜਾਂਦਾ ਵਾ ਵਿਚਾਰਾ। ਪੰਪ ਤੋਂ ਫੜਨੀਆਂ ਤੇ ਇੱਥੇ ਇੱਕ ਲੈ ਗਣੀਆਂ ਵਾਪਸ। ਮੁੰਡੇ ਨੇ ਆਇਆ ਇੱਕ ਲੈ ਗਈਆਂ। ਮੈਂ ਸੋਚਦਾ ਨਾ ਤੁਹਾਨੂੰ ਤੁਹਾਡੇ ਵਰਗਾ ਨੂੰ ਵੇਖ ਕੇ 150-200 ਕਮਾਉਂਦੇ ਹੋ ਤੇ ਸਬਰ ਕਿੱਥੋਂ ਆਉਂਦਾ? ਸਬਰ ਕਿੱਥੋਂ ਆਉਂਦਾ? ਤੁਹਾਨੂੰ ਗੁਰੂ ਰਾਮਦਾਸ। ਕਿੰਨੀ ਕਿੰਨੀ ਉਮਰ ਹੋ ਗਈ ਆ ਤੁਹਾਡੀ? ਤੁਹਾਡੀ ਉਮਰ ਕਿੰਨੀ ਹੋ ਗਈ ਆ? ਕਿੰਨੀ ਮਾਇਆ ਕਮਾਈ ਹੁਣ ਸਵੇਰ ਦੀ? ਕਿੰਨੀ ਮਾਇਆ ਕਮਾਈ ਆ? ਮੈਂ ਉਹੀ ਕਹਿੰਦਾ ਤੁਸੀਂ 100-200 ਕਮਾ ਕੇ ਸ਼ੁਕਰ ਕਰਦੇ ਹੋ, ਸਾਡੇ ਵਰਗਿਆਂ ਨੂੰ 1000-1500 ਵੀ 2000 ਵੀ ਆਏ ਨਾ, ਸਾਡੇ ਕੋਲ ਸਬਰ ਨਹੀਂ ਹੁੰਦਾ। ਮੈਂ ਪੁੱਛਦਾ ਕਿ ਤੁਹਾਡੇ 'ਚ ਸਬਰ ਕਿੱਥੋਂ ਆਉਂਦਾ ਇੰਨਾ ਕਿ ਤੁਸੀਂ ਥੋੜ੍ਹਾ ਜਿਹਾ ਕਮਾ ਕੇ ਵੀ ਕਹਿ ਦਿੰਦੇ ਹੋ ਧੰਨ ਗੁਰੂ ਰਾਮਦਾਸ ਤੇਰਾ ਸ਼ੁਕਰ ਆ, ਤੇ ਸਾਡੇ ਵਰਗੇ ਫੇਰ ਵੀ ਕਹਿੰਦੇ ਹੈ ਨਹੀਂ। ਦੇਖੋ ਜੀ, ਹੈਂ ਥੋੜ੍ਹੇ ਨਾ, ਉਹ ਥੋੜ੍ਹੇ ਨੂੰ ਬਹੁਤੇ ਕਰਦਾ ਵਾ। ਕਿ ਟੁੱਟਾ ਤੁਹਾਡਾ ਰਿਕਸ਼ਾ ਕਿਦਾ ਆਪਣਾ ਵਾ? ਹਾਂ ਆੜਾ ਰਿਕਸ਼ਾ ਆਪਣਾ ਵਾ। ਇੰਨੀ ਮਾੜੀ ਹਾਲਤ ਆ ਰਿਕਸ਼ੇ ਦੀ, ਧੰਨ ਗੁਰੂ ਰਾਮਦਾਸ ਹੈ ਬਾਬਾ ਜੀ, ਇੰਨੀ ਮਾੜੀ ਹਾਲ ਆ ਤੇ ਫੇਰ ਵੀ ਤੁਸੀਂ ਕਹਿੰਦੇ ਸ਼ੁਕਰ ਆ, ਫਿਰ ਵੀ ਕਹਿੰਦੇ ਸ਼ੁਗਰ ਆ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਚਲੋ ਚਲੀ ਆ ਜਾਓ, ਚਲੋ ਪਿਆਰੇ ਮੁੰਡੇ ਛੱਡ ਦਿਓ, ਆ ਜਾਓ ਲਿਆਓ, ਆ ਜਾਓ ਆ ਜਾਓ, ਧੰਨ ਗੁਰੂ ਰਾਮਦਾਸ ਜੀ, ਆ ਜਾਓ ਪਿਆਰਿਓ। ਹਾਂਜੀ ਦੋਵੇਂ ਆ ਜਾਓ, ਧੰਨ ਗੁਰੂ ਰਾਮਦਾਸ ਜੀ। ਮੈਂ ਤਾਂ ਉੱਥੇ ਬਾਹਰੋਂ ਬਾਹਰੋਂ ਹੋਣਾ, ਮੁੜ ਕੇ ਤੁਸੀਂ ਲਿਆਇਓ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੜਾ ਮੈਂ ਕਿਹਾ ਔਖਾ ਵਾ ਕੰਮ ਹੈ, ਇੰਨੀ ਗਰਮੀ 'ਚ ਰਿਕਸ਼ਾ ਚਲਾਉਣਾ, ਧੰਨ ਗੁਰੂ ਰਾਮਦਾਸ ਜੀ। ਚਲੋ ਇੱਕ ਮਿੰਟ, ਮਾੜਾ ਜਿਹਾ ਪਈ ਇੱਥੇ ਨਾ ਰੁਕੇ ਸੈਡ 'ਤੇ, ਇੱਥੇ ਬਾਪੂ ਨੂੰ ਧੰਨ ਗੁਰੂ ਰਾਮਦਾਸ ਜੀ, ਮਾੜਾ ਜਿਹਾ ਰੁਕਿਓ ਬਾਪੂ ਜੀ। ਇੱਦਾਂ ਵਾ ਮੈਂ ਨਾ ਤੁਹਾਡੇ ਨਾਲ ਮਾਰਿਆ ਝੂਠ, ਉਹ ਮੇਰੇ ਕੋਲ ਕਾਰ ਆ, ਮੇਰੇ ਬੱਚੇ ਬੈਠੇ ਹੋਏ ਆ ਵਿੱਚੋਂ ਕਾਰ ਦੇ, ਉਹ ਦੇਖੋ ਪਿੱਛੇ ਮੇਰੀ ਕਾਰ ਖੜ੍ਹੀ ਆ, ਅਤੇ ਮੈਂ ਨਾ ਉਹ ਮੇਰੇ ਬੱਚੇ ਕਹਿੰਦੇ ਪਾਪਾ ਅੰਕਲ ਕੋਲ ਕੋਈ ਸਵਾਰੀ ਨਹੀਂ ਬੈਠੀ, ਉਹ ਮੇਰੀ ਬੱਚੀ ਮੇਰੀ ਬੇਟੀ ਨੇ ਮੈਨੂੰ ਕਿਹਾ, ਅਤੇ ਮੈਂ ਕਿਹਾ ਕੋਈ ਨਾ ਪੁੱਤ ਅਸੀਂ ਖੜ੍ਹ ਜਾਂਦੇ ਹਾਂ। ਹੁਣ ਤੁਸੀਂ 150 ਤੁਸੀਂ ਕਮਾਇਆ ਕਿ 100 ਕਮਾਇਆ? ਤੁਸੀਂ 100 ਤੁਸੀਂ 150 ਕਮਾਇਆ ਹੈ ਨਾ ਭਾਅ ਜੀ, ਠੀਕ ਹੈ। ਅਤੇ ਸੀਮਰ ਦੀਆਂ ਬੋਰੀਆਂ ਤਾਂ ਕੋਈ ਹੈ ਨਹੀਂ, ਮੈਂ ਤੁਹਾਨੂੰ ਦੱਸਦਾ ਉਹ ਤਾਂ ਮੈਂ ਬਹਾਨਾ ਮਾਰਿਆ, ਠੀਕ ਹੈ। ਹੈਂ ਨਹੀਂ ਦੇਣ ਨਹੀਂ ਬਾਬਾ ਜੀ, ਦੇਣ ਨਹੀਂ ਐਕਚੁਲੀ, ਨਹੀਂ ਇਹ ਤੁਹਾਡੇ ਵਾਸਤੇ ਸਿੰਘ ਸਾਹਿਬ ਗੁਰੂ ਸਾਹਿਬ ਵੱਲੋਂ ਆਇਆ ਸਿੰਘ ਸਾਹਿਬ, ਇਹ ਤੁਹਾਡੇ ਵਾਸਤੇ, ਕਿਉਂਕਿ ਮੈਂ ਤੁਹਾਨੂੰ ਅਕਿਰਤ, ਤੁਸੀਂ ਮੇਰੇ ਕਹਿਣ 'ਤੇ ਆਏ ਹੋ ਨਾ, ਕਿਉਂ ਮੈਂ ਤੁਹਾਨੂੰ ਦਾਨ ਨਹੀਂ ਕੀਤਾ, ਨਹੀਂ ਇਹ ਕੋਈ ਦਾਨ ਨਹੀਂ ਆ, ਤੁਸੀਂ ਮੇਰੇ ਕਹਿਣ 'ਤੇ ਸੀਮਰ ਦੀਆਂ ਬੋਰੀਆਂ ਲੈਣ ਆਏ ਸੀ ਨਾ, ਤੁਸੀਂ ਆਏ ਹੋ ਨਾ, ਇਹ ਦਾਨ ਨਹੀਂ, ਇਹ ਤੁਹਾਡੀ ਕਿਰਤ ਹੈ। ਤੇ ਤੁਸੀਂ ਮੈਨੂੰ ਐਵੇਂ ਨਹੀਂ ਕੀਤਾ ਕਿ ਕਿੰਨੇ ਪੈਸੇ ਲੈਣੇ ਆ ਕਿੰਨੇ ਨਹੀਂ, ਹੁਣ ਮੇਰੀ ਇੱਛਾ, ਮੈਂ ਤੁਹਾਨੂੰ ਕਿੰਨੇ ਮਰਜ਼ੀ ਦੇਵਾਂ,
ਠੀਕ ਹੈ ਨਾ, ਬਿਲਕੁਲ ਜੀ ਬਿਲਕੁਲ ਬਿਲਕੁਲ ਜੀ, ਨਹੀਂ ਬਾਬਾ ਜੀ ਤੁਹਾਡਾ ਬਾਬਾ ਤੇਗ ਬਹਾਦਰ ਜੀ ਕੋ ਮੰਗੀ ਦੀ ਵਾਹਿਗੁਰੂ ਠੀਕ ਹੈ, ਬਿਲਕੁਲ 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 ਜੀ, ਮੈਂ ਤਾਂ ਹੀ ਤੇ ਕਹਿ ਰਿਹਾ ਪਿਆਰਿਓ ਸਾਡੇ ਕੋਲ ਨੋਟ ਹੈ, ਤੁਹਾਡੇ ਕੋਲ ਗੁਰੂ ਰਾਮਦਾਸ ਜੀ ਓਟ ਹੈ, ਠੀਕ ਹੈ ਨਾ, ਤੁਹਾਡੇ ਕੋਲ ਓਟ ਹੈ ਤੇ ਮੇਰੇ ਕੋਲ ਨੋਟ ਹੈ, ਲੇਕਿਨ ਜਿਹਦੇ ਕੋਲ ਓਟ ਹੈ ਨਾ ਉਹਦੇ ਕੋਲ ਸਬਰ ਹੈ, ਸੰਤੋਖ ਹੈ, ਸਾਡੇ ਕੋਲ ਉਹੀ, ਮੈਂ ਭਾਈ ਨੂੰ ਕਹਿ ਰਿਹਾ ਸੀ ਭਾਜੀ ਮੇਰੇ ਕੋਲ ਸਬਰ ਨਹੀਂ ਹੈਗਾ, ਤੁਸੀਂ ਸਬਰ ਕਿੱਥੋਂ ਲੈ ਕੇ ਆਉਂਦੇ ਹੋ, ਤੇ ਉਹ ਕਹਿੰਦੇ ਗੁਰੂ ਰਾਮਦਾਸ ਦੇ ਰਿਹਾ ਕਿ ਮਹਾਰਾਜ ਦਿੰਦਾ ਦੇਣ ਵਾਲਾ ਮਹਾਰਾਜ ਆਪਣੀ ਟਾਣੀ ਜਿਹੜੀ ਹੈ ਨਾ ਹੋਣੀ ਆ, ਬਿਲਕੁਲ 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 ਪਿਆਰੋ, ਸ਼ੁਕਰ ਰਿਕਸ਼ਾ ਤੁਹਾਡਾ ਤਾਂ ਠੀਕ ਹੈ, ਹੈ ਨਾ ਤੁਹਾਡਾ ਠੀਕ ਆ, ਤੁਹਾਡਾ ਬਹੁਤਾ ਹੀ ਮਾੜਾ ਵਾ, ਹੈ ਨਾ ਰਿਕਸ਼ਾ, ਹਾਂ ਰਿਕਸ਼ਾ ਬਹੁਤਾ ਹੀ ਮਾੜਾ ਵਾ, ਠੀਕ ਹੈ, ਤੁਸੀਂ ਨਾ ਕੰਮ ਕਰਿਓ, ਤੁਸੀਂ ਸਵੇਰੇ ਇੱਕ ਅਰਦਾਸ ਕਰਕੇ ਆਉਣੀ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰੇ 'ਚ ਸ਼ਾਮੀ ਜਾਣਾ, ਉੱਥੇ ਅਰਦਾਸ ਕਰਨੀ ਕਿ ਸਤਿਗੁਰੂ ਮੈਨੂੰ ਰਿਕਸ਼ਾ ਚਾਹੀਦਾ, ਠੀਕ ਹੈ, ਉਹ ਅਰਦਾਸ ਕਰਨ ਤੋਂ ਬਾਅਦ ਤੁਸੀਂ, ਮੈਂ ਤੁਹਾਨੂੰ ਫੋਨ ਨੰਬਰ ਦੇਣਾ, ਤੁਸੀਂ ਉਸ ਨੰਬਰ 'ਤੇ ਕਾਲ ਕਰਿਓ, ਠੀਕ ਹੈ, ਉੱਥੇ ਇੱਕ ਭਾਈ ਸਾਹਿਬ ਬੋਲਣਗੇ, ਉਹਦਾ ਨਾਮ ਆ ਨਿਰਵੈਰ ਸਿੰਘ, ਹਾਂ ਉੱਥੇ ਨਾਮ ਤੁਸੀਂ ਨੋਟ ਕਰ ਲਓ, ਉਹਨੂੰ ਕਿਹੋ ਨਿਰਵੈਰ ਸਿੰਘ ਜੀ ਮੇਰਾ ਨਾਮ ਹਰਬੰਸ ਸਿੰਘ ਆ ਅਤੇ ਮੇਰਾ ਰਿਕਸ਼ਾ ਬੜਾ ਟੁੱਟਾ ਜੀ, ਅਤੇ ਨਿਰਵੈਰ ਸਿੰਘ ਜੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਰਦਾਸ ਕੀਤੀ ਹੈ, ਅਤੇ ਮੈਨੂੰ ਕੋਈ ਸਿੰਘ ਮਿਲਿਆ ਸੀ ਰਸਤੇ ਵਿੱਚ, ਉਹਨਾਂ ਨੇ ਤੁਹਾਡੇ ਬਾਰੇ ਦੱਸਿਆ ਸੀ, ਅਤੇ ਮੈਂ ਅਰਦਾਸ ਕਰਤੀ ਹੈ, ਅਤੇ ਆਪ ਜੀ ਕਿਰਪਾ ਕਰੋ, ਇੰਨੀ ਕੁ ਗੱਲ ਉਹਨਾਂ ਨਾਲ ਤੁਸੀਂ ਬਚਨ ਕਰਨੇ ਆ, ਉਹ ਜੀ ਅੰਮ੍ਰਿਤਸਰ ਹੁੰਦੇ ਆ, ਹਾਂਜੀ ਹਾਂਜੀ, ਨਹੀਂ ਉਹਨਾਂ ਨੂੰ ਤੁਸੀਂ ਬਸ ਇਹੀ ਇਹੀ ਫੋਨ 'ਤੇ ਕਹਿਣਾ, ਨਿਰਵੈਰ ਸਿੰਘ ਜੀ ਮੈਨੂੰ ਸਿੰਘ ਮਿਲਿਆ ਸੀ ਰਸਤੇ ਵਿੱਚ, ਉਹਨੇ ਤੁਹਾਡਾ ਨੰਬਰ ਦਿੱਤਾ ਵਾ, ਅਤੇ ਮੇਰਾ ਰਿਕਸ਼ਾ ਬੜਾ ਬੜਾ ਖਰਾਬ ਜੀ, ਤਾਂ ਤੁਸੀਂ ਸਿੰਘ ਸਾਹਿਬ ਉਹਦੇ ਨਾਲ ਗੱਲ ਕਰਕੇ ਆਪਣਾ ਰਿਕਸ਼ਾ ਲੈ ਕੇ ਨਾ ਇਹਦੇ 'ਤੇ ਹੀ ਅੰਮ੍ਰਿਤਸਰ ਨੂੰ ਚੱਲ ਪੈਣਾ, ਜਿੱਥੇ ਉਹ ਤੁਹਾਨੂੰ ਬੁਲਾਉਣਗੇ, ਇਹ ਰਿਕਸ਼ਾ ਉਹਨਾਂ ਨੇ ਰੱਖ ਲੈਣਾ, ਤੁਹਾਨੂੰ ਨਵਾਂ ਰਿਕਸ਼ਾ ਦੇ ਦੇਣਾ, ਤੁਸੀਂ ਆਹ ਕੰਮ ਕੱਲ੍ਹ ਹੀ ਕਰ ਲਿਓ, ਕਿਉਂਕਿ ਮੈਂ ਉਹਨਾਂ ਨੂੰ ਕਹਿ ਦੂੰਗਾ ਫੋਨ 'ਤੇ, ਠੀਕ ਹੈ ਨਾ ਜੀ, ਮੈਂ ਉਹਨਾਂ ਨੂੰ ਕਹਿ ਦੂੰਗਾ, ਤੁਸੀਂ ਕੱਲ੍ਹ ਹੀ ਕੰਮ ਕਰ ਲਿਓ, ਕੱਲ੍ਹ ਹੀ ਉਹਨਾਂ ਕੋਲ ਚਲ ਜਿਓ ਨਿਰਵੈਰ ਸਿੰਘ ਕੋਲੋਂ, ਪਹਿਲੇ ਪਰ ਅਰਦਾਸ ਉਹਨੇ ਤੁਹਾਨੂੰ ਇਹੀ ਕਹਿਣਾ ਵਾ, ਅਰਦਾਸ ਕੀਤੀ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰਨੀ ਜ਼ਰੂਰ ਆ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ, ਹਾਂ ਹੁਣੇ ਤੁਸੀਂ ਜਾ ਕੇ ਅਰਦਾਸ ਭਾਵੇਂ ਸ਼ਾਮੀ ਜਾ ਕੇ ਅਰਦਾਸ ਬੇਨਤੀ ਕਰਕੇ, ਅਤੇ ਸ਼ਾਮੀ ਉਹਨੂੰ ਉਹਨਾਂ ਨੂੰ ਕਾਲ ਕਰ ਲਿਓ ਨਿਰਵੈਰ ਭਾਈ ਨੂੰ, ਅਤੇ ਕੱਲ੍ਹ ਜਾ ਕੇ ਆਪਣਾ ਰਿਕਸ਼ਾ ਲਿਆ ਜਿਓ, ਅਤੇ ਉਹਨਾਂ ਨੂੰ ਆਹ ਦੇ ਦਿਓ ਨਵਾਂ ਚੱਕ ਲਿਆਇਓ, ਠੀਕ ਹੈ ਜੀ, ਸਾਡੇ ਲਈ ਉਹ ਗੁਰੂ ਰਾਮਦਾਸ ਆ, ਨਹੀਂ ਸਾਡੇ ਵਿੱਚ ਤਾਂ ਬਾਬਾ ਜੀ ਜੋ ਤੁਹਾਡੀ, ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ, ਸਾਡੇ ਕੋਲ ਨੋਟ ਹੈ, ਤੁਹਾਡੇ ਕੋਲ ਓਟ ਹੈ, ਅਤੇ ਜੇ ਓਟ ਲੈਣੀ ਹੈ ਤਾਂ ਮੈਨੂੰ ਤੁਹਾਡੇ ਵਰਗਾ ਕੋਈ ਆਉਣਾ ਪੈਣਾ, ਠੀਕ ਹੈ ਨਾ, ਤੋਂ ਬਾਅਦ ਕੋਲ ਤੁਸੀਂ ਉਹਨੂੰ ਕਿਹੋ ਸਿੰਘ ਮਿਲਿਆ ਸੀ ਕੋਈ ਨਿਰਵੈਰ ਭਾਅ ਜੀ, ਉਹਨਾਂ ਨੂੰ ਮੈਂ ਹੁਣੇ ਜਾਂਦੇ ਜਾਂਦੇ ਫੋਨ ਮੈਂ ਕਹਿ ਦੇਣਾ ਉਹਨਾਂ ਨੂੰ, ਮੈਂ ਉਹਨਾਂ ਨੂੰ ਫੋਨ 'ਤੇ ਦੱਸ ਦੇਣਾ, ਉਹਨਾਂ ਨੂੰ ਪਤਾ ਲੱਗ ਜਾਣਾ, ਨਹੀਂ ਨਹੀਂ ਪਿਆਰਿਓ ਤੁਸੀਂ ਅਸੀਸਾਂ ਦਿਓ ਬਜ਼ੁਰਗੋ, ਬਸ ਬਿਲਕੁਲ ਜੀ ਬਿਲਕੁਲ, ਸਾਡੇ ਬਜ਼ੁਰਗਾਂ ਦਾ ਹਾਲ ਇਸ ਤਰ੍ਹਾਂ ਦਾ, ਮੈਂ ਦੇਖ ਕੇ ਬੜਾ ਹੈਰਾਨ ਹੋਣਾ, ਅਸੀਂ ਵੱਡੇ ਵੱਡੇ ਇੱਕ ਲੰਗਰ ਲਾਲੇ ਆ, ਪਰ ਤੁਹਾਡੇ ਵਰਗਿਆਂ ਨੂੰ ਸਾਂਭ ਨਹੀਂ ਪਾਏ, ਕੀ 150 ਕਮਾਇਆ ਤੁਸੀਂ, ਆਹ ਤੇ 4 ਵੱਜ ਗਏ ਆ, 150 ਤੁਸੀਂ, ਆਹ 100 ਰੁਪਇਆ ਤੁਸੀਂ ਬਾਪੂ ਕਮਾਇਆ, ਅਤੇ ਅਸੀਂ ਵੱਡੇ ਵੱਡੇ ਇੱਕ ਲੰਗਰ ਲਾਲੇ, ਪਰ ਤੁਹਾਡੇ ਵਰਗਿਆਂ ਨੂੰ ਇੱਕ ਰਿਕਸ਼ਾ ਨਹੀਂ ਲੈ ਕੇ ਦੇ ਪਾਏ, ਅਤੇ ਤੁਹਾਡੇ ਕੋਲ ਲਿਆ ਵੀ ਨਹੀਂ ਜਾਂਦਾ, 16-17 ਹਜ਼ਾਰ ਦਾ ਰਿਕਸ਼ਾ ਹੁੰਦਾ, ਉਹ ਲਿਆ ਨਹੀਂ ਜਾਂਦਾ, ਕੀ ਅਸੀਂ ਆਪਣੀ ਕੌਮ ਨੂੰ ਕਹਾਂਗੇ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਬੜਾ ਸਾਂਭ ਲਿਆ, ਨਹੀਂ ਬਾਬਾ ਜੀ ਇਹ ਚੀਜ਼ ਅਸੀਂ ਬਦਲਾਂਗੇ, ਇਹ ਕੌਮ ਨੂੰ ਅਸੀਂ ਜਗਾਵਾਂਗੇ ਕਿ ਸਾਡੇ ਬਜ਼ੁਰਗਾਂ ਵਾਲੇ ਧਿਆਨ ਪਊਗਾ ਲੋਕਾਂ ਦਾ, ਕੋਈ ਨਹੀਂ ਤੁਸੀਂ ਕੱਲ੍ਹ ਸਵੇਰੇ ਆ ਜਾਓ, ਠੀਕ ਹੈ ਜੀ, ਚਲੋ ਓਕੇ ਪਿਆਰਿਓ, ਵਾਹਿਗੁਰੂ ਜੀ ਕੀ ਫਤਿਹ ਜੀ।